ਸਾਨੂੰ ਇਹੀ ਸਮੱਸਿਆ ਆ ਰਹੀ ਹੈ ਭਾਅ ਜੀ ਤੁਹਾਡੇ ਸਾਹਮਣੇ ਵੇਖ ਲਓ ਕੋਈ ਬੰਦਾ ਲੱਭਦਾ ਪਿਆ ਤੁਹਾਨੂੰ ਉੱਥੇ ਦੁਕਾਨ 'ਤੇ ਬੱਸ ਸਟੈਂਡ ਹੈ ਉੱਥੇ ਜਾਣ ਕਰਕੇ ਸਾਰੀਆਂ ਬੱਸਾਂ ਬੁੱਸਾਂ ਉੱਥੇ ਬੰਦ ਹੋ ਰਹੀਆਂ ਇੱਥੇ ਤੁਹਾਡੇ ਕੋਲ ਕੋਈ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਹੈਗਾ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਇੱਥੇ ਕਿੱਥੇ ਅਸੀਂ 2-4 ਹਜ਼ਾਰ ਰੁਪਇਆ ਸੇਲ ਕਰਦੇ ਸੀ ਕਿੱਥੇ 200-300 ਰੁਪਇਆ ਵੱਟਦੇ ਪਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰਾਤ ਨੂੰ 8-9 ਵਜੇ ਤੱਕ 300-400 ਰੁਪਇਆ ਨਹੀਂ ਵਟਾਉਂਦਾ ਪਿਆ ਇੱਥੇ ਭਾਈ ਮੇਰਾ ਨਾਮ ਰੋਮੀ ਹੈ ਜੀ ਕਿਹੜੀ ਜਗ੍ਹਾ ਹੈਗੀ ਇਹ ਬੱਸ ਸਟੈਂਡ ਹੈ ਗੁਰਦਾਸਪੁਰ ਪੁਰਾਣਾ ਹਾਂਜੀ ਪੁਰਾਣਾ ਬੱਸ ਸਟੈਂਡ ਕੀ ਸਮੱਸਿਆ ਆ ਰਹੀ ਤੁਹਾਨੂੰ ਸਾਨੂੰ ਇਹੀ ਸਮੱਸਿਆ ਆ ਰਹੀ ਹੈ ਭਾਅ ਜੀ ਤੁਹਾਡੇ ਸਾਹਮਣੇ ਵੇਖ ਲਓ ਕੋਈ ਬੰਦਾ ਲੱਭਦਾ ਪਿਆ ਤੁਹਾਨੂੰ ਇੱਥੇ ਦੁਕਾਨ 'ਤੇ ਪੂਰੇ ਅੱਡੇ ਵਿੱਚ ਹੀ ਦੇਖ ਲਓ ਕੋਈ ਨਹੀਂ ਲੱਭਦਾ ਪਿਆ ਸਾਡੇ ਕੋਲ ਡਰਾਈਵ ਡਾਇਰੈਕਟਰ ਹੈ ਜਿਹੜੇ ਜਿੰਨੇ ਵੀ ਡਰਾਈਵ ਡਾਇਰੈਕਟਰ ਸਾਰੇ ਸਾਡੇ ਕੋਲ ਰੋਟੀ ਖਾਂਦੇ ਜੀ ਇੱਥੇ ਹੁਣ ਬੱਸ ਸਟੈਂਡ ਹੈ ਉੱਥੇ ਜਾਣ ਕਰਕੇ ਸਾਰੀਆਂ ਬੱਸਾਂ ਬੁੱਸਾਂ ਉੱਥੇ ਬੰਦ ਹੋ ਰਹੀਆਂ ਇੱਥੇ ਸਾਡੇ ਕੋਈ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਹੈਗਾ ਇੱਥੇ ਭਾਅ ਜੀ ਟੋਟਲ 40 ਦੁਕਾਨਾਂ 20 ਦੁਕਾਨਾਂ ਹੈ 20 ਸਾਹਮਣੇ ਦੁਕਾਨਾਂ ਸਾਰੀਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਇੱਥੇ ਅਧਿਕਾਰੀਆਂ ਨੂੰ ਕੋਈ ਮਿਲਣ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਸਰ ਆਪਾਂ DC ਦਫ਼ਤਰ ਵੀ ਗਏ ਹਾਂ ਚੇਅਰਮੈਨ ਨੂੰ ਵੀ ਮਿਲੇ ਹਾਂ ਫਿਰ ਇੰਪਰੂਵਮੈਂਟ ਟੈਸਟ ਦੇ ਜਿਹੜੇ ਆਪਣੇ ਰਜੇ ਸ਼ਰਮਾ ਜੀ ਆ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਹੱਲ ਕੀਤਾ ਜਾਵੇਗਾ ਪਰ ਹਜੇ ਤੱਕ ਸਾਨੂੰ ਕੋਈ ਨਹੀਂ ਦੱਸਿਆ ਉਹਨਾਂ ਨੇ ਕਿੰਨਾ ਕੁ ਤੁਹਾਨੂੰ ਲੋਸ ਹੋ ਰਿਹਾ ਕਿਉਂਕਿ ਹੁਣ ਤੁਹਾਡੇ ਢਾਬੇ 'ਤੇ ਵੀ ਰਸ਼ ਹੋਈ ਪਹਿਲੇ ਵਰਗਾ ਨਹੀਂ ਰਿਹਾ ਭਾਅ ਜੀ ਤੁਸੀਂ ਲੋਸ ਦੀ ਗੱਲ ਕਰਦੇ ਹੋ ਵੀ ਬਿਲਕੁਲ ਹੀ ਜ਼ਿਆਦਾ ਆਪਾਂ ਰੋਜ਼ੀ ਰੋਟੀ ਦਾ ਖਰਚਾ ਜਿਹੜਾ ਉਹ ਵੀ ਨਹੀਂ ਨਿਕਲਦਾ ਪਿਆ ਜੀ ਜੇ ਕਿਤੇ ਹੁੰਦਾ ਨਾ ਬੰਦਾ 200-300 ਰੁਪਏ ਚਲੋ ਬੰਦਾ ਸਿਹਤ ਲੈ ਕੇ ਸ਼ਾਮਾਂ ਤੱਕ 200-300 ਰੁਪਏ ਵੱਟ ਲੈਂਦਾ ਜਾਂ ਕੁਛ ਨਾ ਕੁਛ ਘਰ ਦਾ ਮਾੜਾ ਮੋਟਾ ਉਹ ਵੀ ਨਹੀਂ ਪੱਜਦਾ ਪਿਆ ਭਾਈ ਅਤੇ ਆਪੇ ਸਾਲ ਆ ਦੇਖ ਲਓ ਕਿੱਥੇ ਅਸੀਂ 2-4 ਹਜ਼ਾਰ ਰੁਪਇਆ ਸੇਲ ਕਰਦੇ ਸੀ ਕਿੱਥੇ 200-300 ਰੁਪਇਆ ਵੱਟਦੇ ਪਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰਾਤ ਨੂੰ 8-9 ਵਜੇ ਤੱਕ 300-400 ਰੁਪਇਆ ਨਹੀਂ ਵਟਾਉਂਦਾ ਪਿਆ ਇੱਥੇ ਅਤੇ ਜੇ ਤੁਹਾਨੂੰ ਉਸ ਜਗ੍ਹਾ 'ਤੇ ਨਵੇਂ ਬੱਸ ਸਟੈਂਡ 'ਤੇ ਕੋਈ ਅੱਡਾ ਵਗੈਰਾ ਮਿਲ ਜਾਂਦਾ ਫਿਰ ਹਾਂਜੀ ਭਾਈ ਸਾਡੀ ਤਾਂ ਪ੍ਰਸ਼ਾਸਨ ਅੱਗੇ ਇਹੀ ਮੰਗ ਆ ਵੀ ਜਿੱਦਾਂ ਸਾਨੂੰ ਇੱਥੇ ਦੁਕਾਨਾਂ ਲਈ ਦੀਆਂ ਆਪਾਂ ਸਾਨੂੰ ਭਾਈ 40-40 ਸਾਲ ਹੋ ਗਿਆ 45 ਸਾਲ ਹੋ ਗਿਆ ਸਾਨੂੰ ਇੱਥੇ ਦੁਕਾਨ ਲਈ ਨੂੰ ਅਸੀਂ ਪੁਰਾਣੇ ਬੰਦੇ ਹਾਂ ਸਾਡੀ ਤੀਜੀ ਪੀੜ੍ਹੀ ਆ ਕੰਮ ਕਰਦੀ ਪਈ ਹੈ ਅੱਜ ਦੀ ਪ੍ਰਸ਼ਾਸਨ ਅੱਗੇ ਇਹੀ ਮੰਗ ਆ ਵੀ ਸਾਨੂੰ ਦੁਕਾਨ ਦੇ ਬਦਲੇ ਦੁਕਾਨ ਦਿੱਤੀ ਜਾਵੇ ਉੱਥੇ ਸਾਡੀ ਇਹੀ ਮੰਗ ਆ ਪ੍ਰਸ਼ਾਸਨ ਅੱਗੇ